ਜਪਣਾ ਕੀ ਆਉਂਦਾ ਹੈ? ਰਸਨਾ ਨਾਮ ਜਪੋ ਤਬ ਮਥੀਏ, ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ, ਗਾਵੀਏ ਸੁਣੀਏ, ਜ਼ਬਾਨ ਗਾਇਨ ਕਰੇ ਮਨ ਸੁਣੇ ਤੇ ਮਨ ਦੇ ਚ ਭਾਵਨਾ ਹੋਵੇ, ਇਹਨੂੰ ਜਪਣਾ ਕਹਿੰਦੇ ਨੇ। ਬੜੇ ਧਿਆਨ ਨਾਲ ਸੁਣਨਾ, ਪੜ੍ਹਨ ਨਾਲੋਂ ਜਪਣਾ ਲੱਖਾਂ ਗੁਣਾ ਔਖਾ। ਮੈਂ ਸੈਂਕੜੇ ਗੁਣਾ ਹਜ਼ਾਰਾਂ ਗੁਣਾ ਨਹੀਂ ਕਹਿ ਰਿਹਾ, ਚਲੋ ਕਹਿਣ ਦੇਣਾ ਕਰੋੜਾਂ ਗੁਣਾ ਔਖਾ, ਲੱਖਾਂ ਗੁਣਾ ਵੀ ਨੇ। ਪੜ੍ਹਨ ਵਾਲੇ ਤੇ ਸਾਰੇ ਹੀ ਨੇ, ਪੜ੍ਹਦੇ ਨੇ, ਜਪਣ ਵਾਲੇ ਕੋਈ ਇੱਕ ਅਧ ਹੁੰਦਾ। ਬਾਣੀ ਪੜ੍ਹਨੀ ਹੈ, ਲਾਭ ਹੈ, ਕੰਠ ਹੋ ਸਕਦੀ ਹੈ। ਬਾਣੀ ਜਪਣ ਵਾਲਾ ਬਾਣੀ ਦਾ ਰੂਪ ਹੀ ਹੋ ਜਾਂਦਾ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਜਪ ਉਹੀ ਸਕਦਾ ਹੈ ਬਾਣੀ ਕੰਠ ਹੋਵੇ, ਕਿਉਂਕਿ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਅੱਖਾਂ ਬੰਦ ਕਰਕੇ, ਤਾਂ ਹੀ ਸੁਣ ਸਕੇਗਾ ਮਨ ਤੇ ਸ਼ਬਦ ਅੰਦਰ ਪ੍ਰਵੇਸ਼ ਕਰਦਾ ਜਾਏਗਾ, ਮਨ ਜਾਗਦਾ ਜਾਏਗਾ। ਇੱਕ ਦਿਨ ਪ੍ਰਭੂ ਨੂੰ ਵੇਖਣ ਦੀ ਦ੍ਰਿਸ਼ਟ ਮਿਲ ਜਾਏਗੀ। ਜਪਣਾ ਭਜਨ ਹੈ, ਭੋਜਨ ਰੋਜ਼ ਰੋਜ਼ ਦਾ ਬੱਚਾ ਕਰ ਰਿਹਾ। ਇੱਕ ਦਿਨ ਪੈਰ ਚੱਲਣ ਲੱਗ ਪੈਣੇ, ਹੱਥ ਪਕੜਨ ਲੱਗ ਪੈਣੇ, ਜ਼ਬਾਨ ਬੋਲਣ ਲੱਗ ਪਈ ਹੈ, ਇਹਨੇ ਜਪਣਾ ਆਰੰਭ ਕੀਤਾ ਹੈ। ਜਪਦਿਆਂ ਜਪਦਿਆਂ ਇੱਕ ਦਿਨ ਪ੍ਰਭੂ ਦਿਖਾਈ ਦੇਗਾ, ਸੁਰਤ ਚੱਲ ਪਏਗੀ, ਪ੍ਰਭੂ ਦਾ ਦਾਮਨ ਹੱਥ ਦੇ ਚੱਲ ਜਾਏਗਾ, ਔਰ ਜਪਦਿਆਂ ਜਪਦਿਆਂ ਇੱਕ ਦਿਨ ਨਿਰੰਕਾਰ ਦਾ ਰੂਪ ਹੋ ਜਾਏਗਾ। ਕਈ ਸੱਜਣਾਂ ਨੇ ਇਸ ਤਰੀਕੇ ਨਾਲ ਵੀ ਪ੍ਰਸ਼ਨ ਕੀਤੇ ਕਿ ਜੇ ਬਾਣੀ ਕੰਠ ਨਾ ਹੋਵੇ ਤੇ ਫਿਰ ਕਿਵੇਂ ਜਪੀ, ਉਹ ਤੇ ਨਹੀਂ ਜਪ ਸਕਦਾ। ਸਾਰੀ ਦੁਨੀਆਂ ਦੇ ਅਵਤਾਰੀ ਪੁਰਸ਼ਾਂ ਨੇ ਇੱਕ ਮੰਤਰ ਦਿੱਤਾ, ਮੰਤਰ ਵੀ ਬੋਲ ਨੂੰ ਕਹਿੰਦੇ ਨੇ, ਮੰਤਰ ਵੀ ਸ਼ਬਦ ਨੂੰ ਕਹਿੰਦੇ ਨੇ। ਮੰਤਰ ਦੇ ਅਖਰੀ ਅਰਥ ਨੇ ਬੋਲ, ਇਹ ਗੁਰੂ ਦਾ ਮੰਤਰ ਹੈ, ਗੁਰੂ ਦਾ ਬੋਲ ਹੈ, ਗੁਰੂ ਦਾ ਸ਼ਬਦ ਹੈ, ਗੁਰੂ ਦਾ ਵਾਕ ਹੈ। ਵਾਕ ਕਹਿੰਦੇ ਨੇ, ਬੋਲ ਕਹਿੰਦੇ ਨੇ, ਸ਼ਬਦ ਕਹਿੰਦੇ ਨੇ, ਮੰਤਰ, ਮੰਤਰ ਦੇ ਹੋਰ ਕੋਈ ਅਰਥ ਨਹੀਂ ਹੈ। ਬਾਣੀ ਮੰਤਰ ਮਹਾਂਪੁਰਖਨ ਕੀ, ਸਾਰੇ ਮਹਾਂਪੁਰਖਾਂ ਦੇ ਜਿਹੜੇ ਬੋਲ ਨੇ ਇਹ ਮੰਤਰ ਨੇ, ਸੰਸਕ੍ਰਿਤ ਦੇ ਚ ਮੰਤਰ ਕਹਿੰਦੇ। ਚਲੋ ਬਹੁਤ ਸਾਰੇ ਮੰਤਰ ਤੂੰ ਨਹੀਂ ਜਪ ਸਕਦਾ ਕਿਉਂਕਿ ਤੈਨੂੰ ਕੰਠ ਨਹੀਂ ਹੈ, ਤੂੰ ਅਨਪੜ੍ਹ ਹੈ, ਪਰ ਇੱਕ ਤੇ ਜਪ ਸਕਦਾ ਹੈ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਜੋ ਪ੍ਰਾਣੀ ਗੋਬਿੰਦ ਦਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਵਾਹਿਗੁਰੂ ਤੇ ਜਪ ਸਕਦਾ ਹੈ, ਇਤਨਾ ਤੇ ਕੰਠ ਹੋ ਸਕਦਾ ਹੈ। ਸਾਰੇ ਧਰਮਾਂ ਨੇ ਫਿਰ ਮਨੁੱਖ ਦੀ ਸਹੂਲਤ ਲਈ ਇੱਕ ਮੰਤਰ ਚੁਣਿਆ, ਰਾਮ ਓਮ ਅੱਲਾਹ ਵਾਹਿਗੁਰੂ, ਇਹ ਤੇ ਜਪ ਸਕਦਾ ਹੈ। ਬਾਲਮੀਕ ਨੂੰ ਹੋਰ ਕੁਛ ਵੀ ਨਹੀਂ ਆਉਂਦਾ ਸੀ, ਇੱਕੋ ਹੀ ਮੰਤਰ ਜਪਦਾ ਰਿਹਾ। ਉਹਨੇ ਹੀ ਕਪਾਟ ਖੋਲ ਦਿੱਤੇ, ਉਹਨੇ ਹੀ ਸਭ ਕੁਝ ਦੀ ਸੋਝੀ ਕਰਾ ਦਿੱਤੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾ, ਪ੍ਰਭ ਤੇ ਤਾਰੇ ਖਿਸੇ, ਤਿਉਂ ਇਹ ਖਿਸੇ ਸਰੀਰ, ਇਹ ਦੋਏ ਅੱਖਰ ਨਾ ਖਿਸੇ, ਸੋ ਗਹਿ ਰਹੋ ਕਬੀਰ। ਦੋ ਅੱਖਰਾਂ ਦਾ ਜਪ, ਸਤਨਾਮ ਦਾ ਜਪ ਕਬੀਰ ਪੰਥੀ ਕਰਦੇ ਨੇ, ਕਬੀਰ ਇਹੀ ਕਰਦੇ ਸਨ। ਭਾਵੇਂ ਸਰੀਰ ਵੀ ਬਿਰਧ ਹੁੰਦਾ ਜਾ ਰਿਹਾ ਹੈ, ਖਿਸਕਦਾ ਜਾ ਰਿਹਾ, ਭਾਵੇਂ ਰਾਤ ਵੀ ਖਿਸਕਦੀ ਜਾ ਰਹੀ ਹੈ, ਪਰ ਇਹ ਅੱਖਰ ਜਿਹੜੇ ਦੋ ਮੈਂ ਰੱਟਦਾ ਪਿਆ, ਨਹੀਂ ਖਿਸਕਦੇ, ਇਹ ਤਾਂ ਮੈਂ ਜਪੀ ਜਾ ਰਿਹਾ, ਜਪੀ ਜਾ ਰਿਹਾ, ਜਪੀ ਜਾ ਰਿਹਾ। ਜਪਦਿਆਂ ਜਪਦਿਆਂ ਇੱਕ ਦਿਨ ਮਨ ਸੁਣਨ ਲੱਗ ਪੈਂਦਾ ਹੈ, ਤੇ ਜੇ ਮਨ ਸੁਣਨ ਲੱਗ ਪੈਂਦਾ ਹੈ ਤਾਂ ਫਿਰ ਮਨ ਨੂੰ ਦਿਖਾਈ ਦੇਣ ਲੱਗ ਪੈਂਦਾ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਜੋ ਦੀ ਸੇ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਮਨੁ। ਜਪਦਿਆਂ ਜਪਦਿਆਂ ਸਮਝ ਆ ਜਾਂਦੀ ਹੈ, ਸਭ ਪ੍ਰਭੂ ਹੀ ਹੈ, ਸਭ ਪਰਮਾਤਮਾ ਹੀ ਹੈ, ਹੋਰ ਕੁਛ ਵੀ ਨਹੀਂ। ਜਪਦਿਆਂ ਜਪਦਿਆਂ ਪਰਮਾਤਮਾ ਦੀ ਲੀਨਤਾ ਨਸੀਬ ਹੋ ਜਾਂਦੀ ਹੈ, ਬੂੰਦ ਸਾਗਰ ਹੋ ਜਾਂਦੀ ਹੈ। ਭੋਜਨ ਇੱਕ ਦਿਨ ਸਰੀਰ ਨੂੰ ਪੂਰਾ ਕਰ ਦਿੰਦਾ, ਭਜਨ ਇੱਕ ਦਿਨ ਮਨ ਨੂੰ ਪੂਰਾ ਕਰ ਦਿੰਦਾ। ਉਸ ਪੂਰੇ ਮਨ ਨੂੰ ਕਹਿੰਦੇ ਨੇ ਜੋਤ ਦੇ ਚ ਜੋਤ ਹੋ ਗਿਆ, ਜੋਤੀ ਜੋਤ ਰਲੀ ਸੰਪੂਰਨ ਥੀ, ਇਹ ਤੇ ਪੂਰਨ ਹੋ ਗਿਆ, ਸੰਪੂਰਨ ਹੋ ਗਿਆ, ਜੋਤ ਦੇ ਜੋਤ ਹੋ ਗਿਆ, ਸਰੀਰ ਪੂਰਾ ਹੋ ਗਿਆ, ਖਾਕ ਦੇ ਚ ਖਾਕ ਹੋਇਆ, ਖਾਕ ਤੋਂ ਆਇਆ ਸੀ, ਖਾਕ ਤੋਂ ਖੁਰਾਕ, ਖੁਰਾਕ ਤੋਂ ਬਣਿਆ ਸੀ, ਖੁਰਾਕ ਖਾਕ ਹੋ ਗਿਆ, ਪੂਰਾ ਹੋ ਗਿਆ। ਮਨ ਤੂੰ ਜੋਤ ਸਰੂਪ ਹੈ, ਉਸ ਪਰਮ ਜੋਤ ਤੋਂ ਆਇਆ ਸੀ, ਜੋਤ ਦੇ ਚ ਜੋਤ ਹੋ ਗਿਆ, ਪੂਰਨ ਹੋ ਗਿਆ।
ਸਰੀਰ ਖਾਕ ਦੇ ਚ ਖਾਕ ਹੋਵੇ ਉਸ ਤੋਂ ਪਹਿਲੇ ਮਨ ਜੋਤ ਦੇ ਚ ਜੋਤ ਹੋਵੇ ਤੋ ਜੀਵਨ ਯਾਤਰਾ ਸਫਲ ਹੋ ਗਈ। ਸਫਲ 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 ਭਈ ਯਾਤਰਾ ਆਉਣ ਜਾਣ ਰਹੇ ਮਿਲੇ ਸਾਦਾ। ਸਰੀਰ ਖਾਕ ਦੇ ਚ ਖਾਕ ਹੋ ਗਿਆ, ਮਨ ਜੋਤ ਦੇ ਚ ਜੋਤ ਨਹੀਂ ਹੋਇਆ। ਇਹ ਅਧੂਰਾ ਜੀਵਿਆ, ਇਹ ਅਧੂਰਾ ਜਨਮਿਆ ਸੀ, ਅਧੂਰਾ ਹੀ ਮਰ ਗਿਆ। ਸਰੀਰ ਪੂਰਾ ਹੋਇਆ, ਮਨ ਪੂਰਾ ਨਹੀਂ ਹੋਇਆ, ਯਾਤਰਾ ਅਧੂਰੀ ਰਹੀ। ਇਹਦਾ ਹੁਣ ਫਿਰ ਜਨਮ ਹੋਵੇਗਾ, ਇਹਦਾ ਹੁਣ ਫਿਰ ਜਨਮ ਹੋਵੇਗਾ। ਤਨ ਸ਼ਮਸ਼ਾਨ ਤੱਕ ਪਹੁੰਚ ਗਿਆ, ਮਨ ਭਗਵਾਨ ਤੱਕ ਨਹੀਂ ਪਹੁੰਚਿਆ। ਤਨ ਕਬਰ ਤੱਕ ਪਹੁੰਚ ਗਿਆ, ਮਨ ਖੁਦਾ ਤੱਕ ਨਹੀਂ ਪਹੁੰਚਿਆ। ਇਹ ਜਮਿਆ ਅਧੂਰਾ ਸੀ, ਇਹ ਜੀਵਿਆ ਵੀ ਅਧੂਰਾ, ਫਿਰ ਮਨ ਕਰਕੇ ਇਹ ਮਰਿਆ ਵੀ ਅਧੂਰਾ। ਮਨ ਮਰੇ ਦਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਤਨ ਦਾ ਮਰਨਾ ਪੂਰਾ ਹੋਣਾ ਖਾਕ ਹੋਣਾ, ਮਨ ਦਾ ਮਰਨਾ ਤੇ ਨਿਰੰਕਾਰ ਹੋਣਾ। ਬਿਨ ਮਨ ਮੂਏ ਕੈਸੇ ਹਰ ਪਾਏ। ਮਹਿਰਜ ਕਰਾਂ, ਯਾਤਰਾ ਅਕਸਰ ਬਹੁਤਿਆਂ ਦੀ ਅਧੂਰੀ ਰਹਿ ਜਾਂਦੀ ਹੈ, ਸੰਪੂਰਨ ਨਹੀਂ ਹੁੰਦੀ। ਅਗਰ ਪ੍ਰਮਾਤਮਾ ਦਿਖਾਈ ਦੇਣ ਲੱਗ ਪਿਆ, ਸੁਣਾਈ ਦੇਣ ਲੱਗ ਪਿਆ, ਤੇ ਜ਼ਬਾਨ ਬੋਲਦਿਆਂ ਬੋਲਦਿਆਂ ਪ੍ਰਭੂ ਨੂੰ ਬੋਲਦਿਆਂ ਬੋਲਦਿਆਂ ਜ਼ਬਾਨ ਨੂੰ ਰਸ ਵੀ ਆਉਣ ਲੱਗ ਪਿਆ। ਭੋਜਨ ਦੀ ਬੁਰਕੀ ਮੂੰਹ ਤੇ ਰੱਖੀ ਤੇ ਸਵਾਦ ਆ ਗਿਆ, ਅਜੇ ਖੂਨ ਤੇ ਨਹੀਂ ਬਣੀ, ਸਵਾਦ ਆ ਗਿਆ। ਅਜੇ ਥੱਲੇ ਤੇ ਨਹੀਂ ਗਈ, ਰਸ ਆ ਗਿਆ। ਵਾਹਿਗੁਰੂ ਜਪਦਿਆਂ ਜਪਦਿਆਂ ਰਸ ਆ ਜਾਏ ਤੋ ਗੁਰਬਾਣੀ ਕਹਿੰਦੀ ਹੈ ਪਰਮਾਤਮਾ ਰਸਨਾ ਤੇ ਵਸ ਗਏ। ਐਸੀ ਰਸਨਾ ਫਿੱਕਾ ਨਹੀਂ ਬੋਲੇਗੀ, ਮਿਥਿਆ ਨਹੀਂ ਬੋਲੇਗੀ, ਐਸੀ ਰਸਨਾ ਚ ਸਤਿਆ ਵੀ ਹੋਵੇਗੀ, ਤਾਕਤ ਵੀ ਹੋਵੇਗੀ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਰਸਨਾ ਤੇ ਵਸ ਗਿਆ, ਵਾਹਿਗੁਰੂ ਆਖਦਿਆਂ ਰਸ ਆਉਣ ਲੱਗ ਪਵੇ, ਰਸਨਾ ਤੇ ਵਸ ਗਿਆ। ਜੇ ਰਸਨਾ ਤੇ ਵਸ ਗਿਆ, ਇੱਕ ਦਿਨ ਫਿਰ ਐਸਾ ਹੋਵੇਗਾ ਗੁਰਮੁਖ ਰੋਮ ਰੋਮ ਹਰ ਦਿਆਵੇ, ਰੋਮਾਂ ਚ ਵਸ ਜਾਏਗਾ, ਸਵਾਸਾਂ ਦੇ ਚ ਵਸ ਜਾਏਗਾ। ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਭੋਜਨ ਪਹਿਲੇ ਮੂੰਹ ਦੇ ਚ ਵਸਦਾ ਹੈ, ਜ਼ਬਾਨ ਨੂੰ ਰਸ ਆਉਂਦਾ ਹੈ, ਖੂਨ ਬਾਅਦ ਦੇ ਚ ਬਣਦਾ ਹੈ, ਮਾਸ ਬਾਅਦ ਦੇ ਚ ਬਣਦਾ ਹੈ। ਪ੍ਰਭੂ ਦਾ ਨਾਮ ਪਹਿਲੇ ਜ਼ਬਾਨ ਤੇ ਵਸਦਾ ਹੈ, ਸਵਾਸਾਂ ਦੇ ਚ ਬਾਅਦ ਦੇ ਚ, ਪ੍ਰਾਣਾਂ ਦੇ ਚ ਬਾਅਦ ਦੇ ਚ। ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾਂ। ਰੋਟੀ ਕਿਤਨੇ ਦੇਰ ਚ ਖਾ ਲੈਂਦੇ ਹਾਂ, 15 ਮਿੰਟ 20 ਮਿੰਟ, ਇੰਨਾ ਹੀ ਟਾਈਮ ਲੱਗਦਾ ਨਾ, 15-20 ਮਿੰਟ। ਅੰਮ੍ਰਿਤ ਵੇਲੇ ਉੱਠ ਕੇ ਜੋ ਵਾਹਿਗੁਰੂ ਮੰਤਰ ਦਾ ਜਪ ਕਰਦਾ ਹੈ, ਤੇ ਜਪ ਇਸ ਢੰਗ ਨਾਲ ਕਰਦਾ ਹੈ, ਜ਼ਬਾਨ ਉਚਾਰਨ ਕਰੇ ਤੇ ਮਨ ਨੂੰ ਸਰੋਤਾ ਬਣਾਵੇ, ਕੋਸ਼ਿਸ਼ ਕਰੇ। ਮਨ ਸੁਣੇਗਾ ਨਹੀਂ, ਉਹਦੀ ਆਦਤ ਨਹੀਂ ਹੈ। ਹੁਣੇ ਹੀ ਮੈਂ ਅਰਜ਼ ਕੀਤੀ ਹੈ, ਮਿੱਤਰ ਨੂੰ ਸੁਣ ਲੈਂਦਾ, ਪੁੱਤਰ ਨੂੰ ਸੁਣ ਲੈਂਦਾ, ਪਤਨੀ ਨੂੰ ਸੁਣ ਲੈਂਦਾ, ਪਤੀ ਨੂੰ ਸੁਣ ਲੈਂਦਾ, ਗੁਰੂ ਨੂੰ ਨਹੀਂ ਸੁਣਦਾ, ਆਦਤ ਨਹੀਂ ਹੈ। ਜੇ ਕਿਧਰੇ ਸੁਣ ਲਿਆ, ਇੱਕੋ ਹੀ ਦਫਾ ਸ਼ਬਦ ਸੁਣ ਲਿਆ, ਫਿਰ ਸਮਝ ਲਓ ਸੁਣਨ ਤੋਂ ਬਿਨਾਂ ਰਹਿ ਨਹੀਂ ਸਕੇਗਾ, ਰਸ ਆ ਜਾਏਗਾ। ਜਿਸ ਦਿਨ ਵਾਹਿਗੁਰੂ ਆਖਦਿਆਂ ਰਸ ਆ ਜਾਏ, ਉਸੇ ਦਿਨ ਸਮਝਣਾ ਵਾਹਿਗੁਰੂ ਰਸਨਾ ਤੇ ਵਸ ਗਏ। ਅਜੇ ਤੱਕ ਕਿਸੇ ਨੂੰ ਇਹ ਰਸ ਨਹੀਂ ਆਇਆ, ਅਜੇ ਤੇ ਰਸਨਾ ਚ ਵੀ ਨਹੀਂ ਵਸਿਆ, ਰੋਮਾਂ ਚ ਦੀ ਗੱਲ ਦੂਰ ਦੀ ਹੈ, ਸਵਾਸਾਂ ਦੀ ਗੱਲ ਤੇ ਦੂਰ। ਅਨੋਜ ਦਿੱਲੀ ਦੂਰ ਅਸਤ, ਅਜੇ ਬਹੁਤ ਦੂਰ ਦੀ ਗੱਲ ਹੈ। ਅੰਮ੍ਰਿਤ ਵੇਲੇ ਬੈਠ ਕੇ ਇਹ ਜਪਣਾ ਹੈ। ਜਿਵੇਂ ਦੋ ਵਕਤ ਭੋਜਨ ਦਾ ਆਪਣਾ ਟਾਈਮ ਆਉਂਦਾ ਹੈ, ਦੋ ਵਕਤ ਭਜਨ ਦਾ ਵੀ ਆਪਣਾ ਟਾਈਮ ਹੈ, ਸਾਨੂੰ ਦੋ ਵਕਤ ਦਾ ਸਤਸੰਗ ਦਿੱਤਾ ਹੈ, ਇਹ ਗੱਲ ਵੱਖਰੀ ਹੈ। ਮੁਹੰਮਦ ਸਾਹਿਬ ਨੇ 5 ਵਕਤ ਦੀ ਨਮਾਜ਼ ਮੁਸਲਮਾਨਾਂ ਦੀ ਚੌਲੀ ਚ ਪਾਈ ਹੈ। ਬਦੂ ਲੋਕ ਸਨ, ਖੂਨਖਾਰ ਲੋਕ ਸਨ, ਖਾਨਾ ਜੰਗੀ, ਇਹ ਬਹੁਤਾ ਜਪ ਕਰਨ, ਇਹਨਾਂ ਨੂੰ ਇਸ ਪਾਸੇ ਲਾਈ ਰੱਖੀਏ ਤਾਂ ਕਿ ਕਿਸੇ ਵਕਤ ਖੁਦਾ ਇਹਨਾਂ ਦੇ ਮਨ ਦਾ ਹਿੱਸਾ ਬਣੇ। ਔਰ ਧਨ ਨੇ ਮੈਂ ਹੈਰਾਨ ਹਾਂ, 5 ਵਕਤ ਦਾ ਸਮਾਂ ਕੱਢਦੇ, ਕਈ ਕੱਢਦੇ ਨੇ, ਤੇ ਉਹਨਾਂ ਸਿੱਖਾਂ ਬਾਰੇ ਕੀ ਕਹਾਂਗੇ ਜੋ 2 ਵਕਤ ਦਾ ਵੀ ਸਮਾਂ ਕੋਈ ਨਹੀਂ, ਕੋਈ ਨਹੀਂ। ਅੰਮ੍ਰਿਤ ਵੇਲੇ ਦਾ ਸਮਾਂ ਬੜਾ ਬਰਕਤਾਂ ਵਾਲਾ ਹੈ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ, ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਬੜੀ ਬਰਕਤ ਹੈ, ਬੜੀ ਬਰਕਤ ਹੈ।
ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਕਹਿੰਦੇ ਨੇ, ਦੁਆ ਕੁੰਨ ਬਾਦਸ਼ਾਹ ਚੋਂ ਗਦਾਇਆ ਸੋਜ ਅਗਰ ਮੈਂ ਕੋਨੀ ਬਾਦਸ਼ਾਹੀ ਬਰੋਜ, ਜੇ ਤੂੰ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਭਿਖਾਰੀ ਬਣ ਜਾਇਆ ਕਰ, ਮੰਗਤਾ ਬਣ ਜਾਇਆ ਕਰ। ਇਹ ਫਕੀਰ ਕਹਿੰਦਾ ਜੋ ਚੌਥੇ ਪੈਰ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਮੰਗਤੇ ਨਹੀਂ ਬਣਦੇ, ਦਿਨ ਨੂੰ ਬਾਦਸ਼ਾਹਾਂ ਦੀ ਤਰ੍ਹਾਂ ਜੀ ਵੀ ਨਹੀਂ ਸਕਣਗੇ, ਨਹੀਂ ਜੀ ਸਕਣਗੇ। ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੋਟੇ ਨਾ। ਮੈਂ ਫਿਰ ਅਰਜ਼ ਕਰਾਂ, ਰੋਟੀ ਖਾਂਦੇ ਆ 15 ਮਿੰਟ ਲੱਗਦੇ, ਦਿਨ ਭਰ ਭੁੱਖ ਨਹੀਂ ਲੱਗਦੀ, ਸਰੀਰ ਦੇ ਤਾਜ਼ਗੀ ਬਣੀ ਰਹਿੰਦੀ ਹੈ। 15 ਮਿੰਟ ਦਾ ਕੀਤਾ ਹੋਇਆ ਅੰਮ੍ਰਿਤ ਵੇਲੇ ਦਾ ਜਪ 24 ਘੰਟੇ ਆਨੰਦ ਬਣਾਈ ਰੱਖੇਗਾ, ਤਾਜ਼ਗੀ ਲਈ ਰੱਖੇਗਾ। ਮਨ ਨੂੰ ਗਮਗੀਨ ਨਹੀਂ ਆਉਣ ਦੇਗਾ, ਮਨ ਨੂੰ ਵਿਆਕੁਲ ਨਹੀਂ ਆਉਣ ਦੇਗਾ, ਮਨ ਨੂੰ ਚਿੰਤਾਤੁਰ ਨਹੀਂ ਆਉਣ ਦੇਗਾ। ਅਗਰ ਇਹ ਜਪ ਕੱਲ ਤੋਂ ਕੋਈ ਆਰੰਭ ਕਰਨਾ ਸ਼ੁਰੂ ਕਰੇ ਤਾਂ ਸਮਝ ਲੈਣਾ ਇਹ ਉਹ ਬੱਚਾ ਹੈ ਜਿਹਨੂੰ ਬੋਲਣ ਦੀ ਜਾਚ ਆ ਗਈ, ਜਿਹਦੀ ਸੁਰਤ ਵੀ ਚੱਲ ਪਏ, ਧਿਆਨ ਵੀ ਜੁੜਨ ਲੱਗ ਪਏ, ਸਮਝ ਲੈਣਾ ਇਹਦੇ ਕਦਮਾਂ ਨੂੰ ਚੱਲਣ ਦੀ ਜਾਚ ਵੀ ਆ ਗਈ। ਜੋ ਪਰਮਾਤਮਾ ਦਾ ਰੂਪ ਹੋ ਜਾਏ, ਸਮਝ ਲਓ ਇਹ ਘਰ ਹੀ ਪਹੁੰਚ ਗਿਆ, ਇਹ ਤੇ ਟਿਕਾਣੇ ਤੇ ਪਹੁੰਚ ਗਿਆ। ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਮਨ ਦਾ ਘਰ ਪਰਮਾਤਮਾ ਹੈ। ਜਿਸ ਘਰ ਦੇ ਚ ਆਪਾਂ ਰੋਜ਼ ਜਾਂਦੇ ਹਾਂ, ਇਹ ਤਨ ਦਾ ਘਰ ਹੈ, ਔਰ ਤਨ ਦਾ ਵੀ ਫਿਰ ਅਸਲੀ ਘਰ ਕਬਰ ਹੈ, ਚਿਤਾ ਹੈ। ਗੌਰ ਨਿਮਾਣੀ ਸੱਡ ਕਰੇ ਨਿਗਰਿਆ ਘਰ ਆਓ, ਐਨੇ ਥਾਵੇਂ ਆ ਆਪਣੇ ਘਰ ਦੇ ਛਾ, ਕਬਰ ਤੇਰਾ ਘਰ ਹੈ। ਸਾਰਿਆਂ ਦੇ ਸਰੀਰ ਸਹਿਜੇ ਸਹਿਜੇ ਪਰਿਵਾਰ ਤੋਂ ਹੋ ਕੇ, ਕਾਰੋਬਾਰ ਤੋਂ ਹੋ ਕੇ ਕਬਰ ਦੀ ਤਰਫ ਜਾ ਰਹੇ ਨੇ, ਚਿਤਾ ਦੀ ਤਰਫ ਜਾ ਰਹੇ। ਸਰੀਰ ਤੇ ਆਪਣੇ ਘਰ ਦੀ ਤਰਫ ਜਾ ਰਿਹਾ, ਮਨ ਨਹੀਂ ਜਾ ਰਿਹਾ, ਕਈ ਜਨਮਾਂ ਤੋਂ ਨਹੀਂ ਜਾ ਰਿਹਾ। ਇਸ ਵਾਸਤੇ ਗੁਰਬਾਣੀ ਆਵਾਜ਼ਾਂ ਮਾਰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਘਰ ਆ, ਪਰਮਾਤਮਾ ਦਾ ਘਰ ਹੀ ਤੇਰਾ ਘਰ ਹੈ। ਔਰ ਪਰਮਾਤਮਾ ਦੇ ਘਰ ਆ ਕੇ ਤੂੰ ਪਰਮਾਤਮਾ ਹੋ ਜਾਏਗਾ। ਇਸ ਤਰ੍ਹਾਂ ਦੇ ਜਿਹੜੇ ਪਰਮਾਤਮਾ ਹੋ ਜਾਂਦੇ ਨੇ, ਮੁਕਤ ਹੋ ਜਾਂਦੇ ਨੇ, ਮੁਕਤ ਪੁਰਸ਼ ਜਦ ਫਿਰ ਆ ਜਾਂਦੇ ਨੇ ਸੰਸਾਰ ਦੇ ਕਲਿਆਣ ਹਿੱਤ, ਇਹਨਾਂ ਨੂੰ ਅਵਤਾਰ ਕਹਿੰਦੇ ਨੇ, ਇਹ ਸੰਤ ਅਵਤਾਰ ਨੇ। ਜਪਦਿਆਂ ਜਪਦਿਆਂ ਜੋ ਸੱਚ ਦਾ ਰੂਪ ਹੋ ਗਏ, ਸੱਚ ਦੇ ਸਮਾ ਗਏ ਔਰ ਉਸੇ ਚ ਜੀ ਰਹੇ ਨੇ, ਇਹਨਾਂ ਨੂੰ ਸੰਤ ਕਹਿੰਦੇ ਨੇ, ਭਗਤ ਕਹਿੰਦੇ ਨੇ। ਸੰਤ ਰਾਮ ਮੈਂ ਭੇਦ ਕਿਛ ਨਾ ਆਏ, ਏਕ ਜਨ ਕਈ ਮੈਂ ਲਾਗ ਕਰੋ ਰੇ। ਇੰਜ ਕਹਿ ਲਏ ਦੋ ਤਰ੍ਹਾਂ ਦੇ ਸੰਤ, ਮੁਕਤ ਹੋ ਗਏ ਸਨ ਲੇਕਿਨ ਫਿਰ ਆ ਗਏ ਨੇ, ਇਹਨਾਂ ਨੂੰ ਅਵਤਾਰ ਕਹਿੰਦੇ ਨੇ। ਜਨਮ ਦੀ ਲੋੜ ਤੇ ਨਹੀਂ ਸੀ, ਵਾਸ਼ਨਾ ਤੇ ਨਹੀਂ ਸੀ, ਪਰ ਸੰਸਾਰ ਦੇ ਕਲਿਆਣ ਹਿੱਤ ਦਇਆ ਵਸ ਹੋ ਕੇ ਆ ਗਏ ਨੇ। ਇਹ ਜਨਮ ਤੋਂ ਹੀ ਬ੍ਰਹਮ ਗਿਆਨ ਨਹੀਂ ਆਉਂਦੇ ਨੇ, ਇਹ ਜਨਮ ਤੋਂ ਹੀ ਪੂਰੇ ਆਉਂਦੇ ਨੇ। ਚੀਨ ਵਿੱਚ ਕਹਾਵਤ ਹੈ, ਲਾਓ ਸੇ ਬੁੱਢਾ ਪੈਦਾ ਹੋਇਆ ਸੀ। ਕੋਈ ਬੁੱਢਾ ਨਹੀਂ ਪੈਦਾ ਹੁੰਦਾ, ਬੱਚੇ ਦੀ ਤਰ੍ਹਾਂ ਸਾਰੇ ਪੈਦਾ ਹੁੰਦੇ। ਫਿਰ ਐਸਾ ਕਿਉਂ ਕਹਿ ਦਿੱਤਾ ਹੈ? ਤਨ ਕਰਕੇ ਤੇ ਲਾਓ ਸੇ ਵੀ ਬੱਚੇ ਦੀ ਤਰ੍ਹਾਂ ਸੀ, ਪਰ ਜਨਮ ਤੋਂ ਮਨ ਕਰਕੇ ਬਜ਼ੁਰਗ ਦੀ ਤਰ੍ਹਾਂ ਸੀ, ਉਹ ਜਨਮ ਤੋਂ ਬ੍ਰਹਮ ਗਿਆਨੀ ਸੀ। ਜੈਸੇ ਇੱਕ ਮਿਸਾਲ ਦੇਖ ਕੇ ਮੈਂ ਸਮਾਪਤੀ ਕਰਾਂ। 2.5 ਵਰਿਆਂ ਦੇ ਸਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਗੁਰੂ ਰਾਮ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਗੋਵਿੰਦਵਾਲ ਚੜ੍ਹਨ ਦੀ ਕੋਸ਼ਿਸ਼ ਪਏ ਕਰਨ, 2.5 ਸਾਲ ਦੇ ਬਾਲਕ ਭੱਜੇ ਹੋਏ ਆ ਗਏ ਮਾਤਾ ਬਾਨੀ ਜੀ। ਉਹਨਾਂ ਨੇ ਚੁੱਕ ਲਿਆ, ਆਖਿਆ ਲਾਲ ਜੀ ਫਿਰ ਕਦੀ ਬੈਠਣ ਦੀ ਕੋਸ਼ਿਸ਼ ਨਾ ਕਰਨਾ, ਚੜ੍ਹਨ ਦੀ ਕੋਸ਼ਿਸ਼ ਨਾ ਕਰਨਾ, ਇਹ ਤੀਜੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਜੀ ਦਾ ਸਿੰਘਾਸਣ ਹੈ, ਇਸ ਤੇ ਨਾ ਚੜ੍ਹਨਾ, ਇਸ ਤੇ ਬੈਠਣ ਦੀ ਕੋਸ਼ਿਸ਼ ਨਾ ਕਰਨਾ। ਇਤਨੇ ਚ ਗੁਰੂ ਅਮਰਦਾਸ ਜੀ ਆ ਗਏ, ਉਹਨਾਂ ਨੇ ਬਾਨੀ ਦੀ ਕੁੱਖ ਤੋਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਤਖ਼ਤ ਤੇ ਬਿਠਾ ਦਿੱਤਾ। ਆਖਿਆ ਪੁੱਤਰੀ, ਇੱਥੇ ਧੁਰ ਦਰਗਾਹੋਂ ਤਖ਼ਤ ਤੇ ਬੈਠਾ ਹੋਇਆ ਆਇਆ ਹੈ, ਅਸੀਂ ਇਸ ਨੂੰ ਕੀ ਲਾ ਸਕਦੇ ਹਾਂ ਤੇ ਬਿਠਾ ਸਕਦੇ ਹਾਂ, ਤੇ ਰੱਬ ਦਾ ਬਿਠਾਇਆ ਹੋਇਆ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸੰਤ ਰਾਮ ਮੈਂ ਭੇਦ ਕਿਛ ਨਾ ਆਏ, ਏਕ ਜਨ ਕਈ ਮੈਂ ਲਾਗ ਕਰੋ ਰੀ।
एक जन्म तो ही पूरन है, एक जीवन दे साधना कर करके पूरन होंदा, बस इतना ही फर्क है। लेकिन पहुंच दे दोवें एक ही जगह ते, एक एक जगह ते जिथे बैठा है जन्म तो, दूजा चल चल के भी उत्थे पहुंच गया। एक अवतार जगत दे कल्याण लई आया, एक जब जब के पूरन हो गया। पूरन पुरख संत, पूरन पुरख केवल संत होंदे ने। बस मैं दोहरा दें ते समाप्ति करा, मनुख अधूरा जमदा है, सारे ही अधूरे जमदा है, और अक्सर मनुख अधूरा ही जीवदा है, फिर अधूरा ही मरदा है। तन एक दिन मर जांदा है, मन मरदा ही नहीं। तन खत्म होके खाक हो जांदा है, मन खत्म नहीं होंदा। मन खत्म होके परमात्मा होंदा है। मन तो ज्योत स्वरूप है, ज्योति ज्योत रली संपूर्ण तैयारा। ये खुशकिस्मती सारिया नूं नसीब होवे। सवेरे 15 मिनट का फैसला कर लेना, अमृत वेले जरूर जपना। अगर थोड़ा मन राजी होया तो समझ लेना है, कथा का फल, अज दे सतसंग का फल। ते कल भी ना जपया तो अज की कथा मनोरंजन है, कुछ भी नहीं है, कुछ भी नहीं। सिर्फ 2 मिनट 5 दफा मैं उच्चारण करदा, पिछे तुसी करो, ये सवेरे करया करना। महाराज कहने रसना नाम जपो तब मथिए, इन बित अमृत पाओ। भोजन रसना द्वारा रस माणिया जांदा, जबान पहले छूंदी टच करदी है, भजन नूं भी पहले जबान नहीं टच करना है। तो सिर्फ 5 दफा दास उच्चारण करदा है पिछे तुसी, ताकि रोज ये जप आप करया करो, व्यर्थ नहीं जाएगा। पतित पावन हर बिरल सदाए, एक तिल